ਜੇਕਰ ਅਸੀਂ ਆਪਣੇ ਆਸ-ਪਾਸ ਦੇ ਮਾਹੌਲ 'ਤੇ ਨਜ਼ਰ ਪਾਈਏ ਤਾਂ ਅਸੀਂ ਇਹ ਰਿਅਲਾਈਜ਼ ਕਰ ਸਕਦੇ ਹਾਂ ਕਿ ਚੀਜ਼ਾਂ ਦੋ ਵਾਰ ਕ੍ਰੀਏਸ਼ਨ 'ਚ ਆਉਂਦੀਆਂ ਹਨ। ਪਹਿਲੀ ਵਾਰ ਜਦੋਂ ਸਾਡੀ ਇਮੈਜੀਨੇਸ਼ਨ, ਸਾਡੇ ਇੰਟੈਲੈਕਚੁਅਲ ਲੈਵਲ ਅਤੇ ਸਾਡੀ ਸੋਚਣੀ ਦਾ ਹਿੱਸਾ ਹੁੰਦੀਆਂ ਹਨ, ਅਤੇ ਦੂਸਰੀ ਵਾਰ ਜਦੋਂ ਉਹ ਐਕਚੁਅਲ ਫਿਜ਼ੀਕਲ ਫਾਰਮ ਦੇ ਵਿੱਚ ਕ੍ਰੀਏਟ ਹੁੰਦੀਆਂ ਹਨ। ਇੰਪੋਰਟੈਂਟ ਪੁਆਇੰਟ ਇਹ ਹੈ ਕਿ ਕਿਸੇ ਵੀ ਫਿਜ਼ੀਕਲ ਚੀਜ਼ ਨੂੰ ਫਿਜ਼ੀਕਲ ਹੋਂਦ ਦੇ ਵਿੱਚ ਆਉਣ ਤੋਂ ਪਹਿਲਾਂ ਇੰਟੈਲੈਕਚੁਅਲ ਅਤੇ ਇਮੈਜੀਨੇਸ਼ਨ ਦੀ ਸਟੇਜ ਤੋਂ ਗੁਜ਼ਰ ਕੇ ਹੀ ਆਉਣਾ ਪਏਗਾ। ਐਗਜ਼ਾਮਪਲ ਦੇ ਤੌਰ 'ਤੇ ਇਹ ਲੈਪਟੋਪ ਜਾਂ ਮੋਬਾਈਲ ਜਿਹਦੇ ਉੱਪਰ ਆਪ ਜੀ ਇਸ ਵੀਡੀਓ ਨੂੰ ਦੇਖ ਰਹੇ ਹੋ ਕਦੇ ਕਿਸੇ ਇੰਜੀਨੀਅਰ ਜਾਂ ਮੈਨੂਫੈਕਚਰਰ ਦੀ ਇਮੈਜੀਨੇਸ਼ਨ ਦਾ ਹਿੱਸਾ ਰਿਹਾ ਹੋਏਗਾ। ਅਤੇ ਇੱਕ ਪ੍ਰੋਸੈਸ ਨੂੰ ਫੋਲੋ ਕਰਦਿਆਂ ਪਲੈਨਿੰਗ, ਸਕੈਡਿਊਲਿੰਗ, ਅਸੈਂਬਲੀ, ਕੁਆਲਿਟੀ ਟੈਸਟਿੰਗ ਤੋਂ ਬਾਅਦ ਫਿਜ਼ੀਕਲ ਹੋਂਦ ਦੇ ਵਿੱਚ ਆਇਆ ਹੋਏਗਾ। ਅੱਜ ਅਸੀਂ ਗੱਲ ਕਰ ਰਹੇ ਹਾਂ ਆਪਣੀ ਸੈਕਿੰਡ ਇਫੈਕਟਿਵ ਹੈਬਿਟ ਦੇ ਬਾਰੇ, ਬਿਗਿਨ ਵਿਦ ਦੀ ਐਂਡ ਇਨ ਮਾਈਂਡ। ਆਪਣੀ ਇਸ ਸੀਰੀਜ਼ ਦੇ ਫਸਟ ਟੌਪਿਕ ਬੀ ਪ੍ਰੋਐਕਟਿਵ ਵਿੱਚ ਅਸੀਂ ਇਹ ਸਮਝ ਚੁੱਕੇ ਹਾਂ ਕਿ ਕਿਸ ਤਰ੍ਹਾਂ ਸਾਨੂੰ ਆਪਣੀ ਸੈਲਫ ਅਵੇਅਰਨੈਸ ਦੇ ਨਾਲ ਰਿਸਪੋਂਸ ਨੂੰ ਚੂਜ਼ ਕਰਨਾ ਚਾਹੀਦਾ ਹੈ। ਸਾਡੇ ਕੋਲ ਹਮੇਸ਼ਾ ਫਰੀਡਮ ਟੂ ਚੂਜ਼ ਰਹੇਗੀ। ਸਾਨੂੰ ਆਪਣੇ ਹਾਲਾਤਾਂ ਤੋਂ ਉੱਪਰ ਉੱਠ ਕੇ ਇੱਕ ਸੈਲਫ ਕੌਨਸ਼ੀਅਸ ਦੇ ਨਾਲ ਆਪਣਾ ਪ੍ਰੋਐਕਟਿਵ ਰਿਸਪੋਂਸ ਚੂਜ਼ ਕਰਨਾ ਚਾਹੀਦਾ ਹੈ, ਨਾ ਕਿ ਹਾਲਾਤ ਦਾ ਮੁਹਤਾਜ ਹੋ ਕੇ ਜਾਨਵਰਾਂ 'ਤੇ ਨਿਆਂ ਰਿਐਕਟ ਕਰਨਾ ਚਾਹੀਦਾ ਹੈ। ਫਰਜ਼ ਕਰੋ ਕਿ ਆਪ ਜੀ ਆਪਣੇ ਕਿਸੇ ਪਰਿਚਿਤ ਦੀ ਡੈਥ ਤੋਂ ਬਾਅਦ ਉਸਦੇ ਫਿਊਨਰਲ 'ਤੇ ਗਏ ਦੇ ਹੋ, ਅਤੇ ਉਹਦੇ ਫਿਊਨਰਲ 'ਤੇ ਤੁਸੀਂ ਦੇਖ ਪਾ ਰਹੇ ਹੋ ਕਿ ਉਹਦੇ ਫੈਮਿਲੀ ਮੈਂਬਰਸ, ਉਹਦੇ ਫਰੈਂਡਸ, ਉਹਦੇ ਪ੍ਰੋਫੈਸ਼ਨਲ ਸਰਕਲ ਦੇ ਲੋਕ ਅਤੇ ਗੁਰਦੁਆਰੇ ਜਾਂ ਚਰਚ ਦੇ ਲੋਕ ਵੀ ਉੱਥੇ ਆਏ ਦੇ ਹਨ, ਅਤੇ ਅੱਗੇ ਚੱਲ ਕੇ ਡੈੱਡ ਬੋਡੀ ਨੂੰ ਦੇਖ ਕੇ ਇਹ ਰਿਅਲਾਈਜ਼ ਹੋਏ ਕਿ ਇਹ ਤੁਹਾਡੀ ਆਪਣੀ ਹੀ ਬੋਡੀ ਹੈ। ਇਟ ਮੀਨਸ ਯੂ ਆਰ ਡੈੱਡ। ਅਤੇ ਇਹਨਾਂ ਸਾਰੇ ਮੈਂਬਰਸ ਨੇ ਹੁਣ ਇੱਕ ਇੱਕ ਕਰਕੇ 10 ਮਿੰਟ ਦੇ ਲਈ ਤੁਹਾਡੇ ਲਈ ਕੁਝ ਬੋਲਣਾ ਹੈ। ਅਸੀਂ ਕਿਸ ਤਰ੍ਹਾਂ ਦੇ ਵਰਡਸ ਇਹਨਾਂ ਤੋਂ ਐਕਸਪੈਕਟ ਕਰਦੇ ਹਾਂ, ਜੋ ਕਿ ਸਾਨੂੰ ਐਜ਼ ਅ ਪਾਰਟਨਰ, ਐਜ਼ ਅ ਹਸਬੈਂਡ, ਐਜ਼ ਵਾਈਫ, ਐਜ਼ ਪੇਰੈਂਟਸ, ਐਜ਼ ਫੈਮਿਲੀ ਮੈਂਬਰਸ ਕਿਸ ਤਰੀਕੇ ਦਾ ਕੈਰੈਕਟਰ ਐਕਸਪਲੇਨ ਕਰਨਗੇ, ਐਜ਼ ਅ ਫਰੈਂਡ, ਐਜ਼ ਅ ਪ੍ਰੋਫੈਸ਼ਨਲ ਅਤੇ ਐਜ਼ ਅ ਗ੍ਰੇਟ ਕਮਿਊਨਿਟੀ ਸਰਵਿਸ ਦੇ ਬਾਰੇ। ਹਾਂ, ਅਸੀਂ ਇਹ ਤਾਂ ਕਦੀ ਐਕਸਪੈਕਟ ਨਹੀਂ ਕਰਾਂਗੇ ਕਿ ਉਹ ਦੱਸਣਗੇ ਕਿ ਅਸੀਂ ਕਿਤਨੀ ਕੁ ਫੇਸਬੁੱਕ ਚਲਾਉਂਦੇ ਸੀ, ਕਿਤਨਾ ਯੂਟਿਊਬ ਚਲਾਉਂਦੇ ਸੀ, ਕਿਤਨੇ ਅੱਛੇ ਫਾਈਲ ਔਰਗਨਾਈਜ਼ ਕਰਦੇ ਸੀ ਆਪਣੇ ਆਫਿਸ ਦੇ ਅੰਦਰ। ਹੁਣ ਇਸ ਤਰ੍ਹਾਂ ਦੇ ਐਂਡ ਜਾਂ ਐਕਸਪੈਕਟੇਸ਼ਨ ਨੂੰ ਆਪਣੀ ਮਾਈਂਡ 'ਚ ਰੱਖਦੇ ਹਾਂ, ਜੇਕਰ ਅਸੀਂ ਆਪਣੀ ਮੌਜੂਦਾ ਜ਼ਿੰਦਗੀ 'ਤੇ ਨਜ਼ਰ ਪਾਈਏ ਤਾਂ ਮੇ ਬੀ ਅਸੀਂ ਰਿਅਲਾਈਜ਼ ਕਰਾਂਗੇ ਕਿ ਸਾਡੇ ਅੱਜ ਦੇ ਐਕਸ਼ਨਸ ਮੇ ਬੀ ਇਸ ਐਕਸਪੈਕਟੇਸ਼ਨ ਦੇ ਨਾਲ ਮੈਚ ਨਾ ਕਰਦੇ ਹੋਣ। ਕਾਰਲ ਗਿਊਸਟਵ ਨੇ ਕਿਹਾ ਸੀ, ਯੋਰ ਵਿਜ਼ਨ ਵਿਲ ਬਿਕਮ ਕਲੀਅਰ ਓਨਲੀ ਵੈਨ ਯੂ ਕੈਨ ਲੁੱਕ ਇਨ ਟੂ ਯੋਰ ਓਨ ਹਾਰਟ, ਹੂ ਲੁੱਕਸ ਆਊਟਸਾਈਡ ਡ੍ਰੀਮਸ, ਹੂ ਲੁੱਕਸ ਇਨਸਾਈਡ ਅਵੇਕਸ। ਆਪਣੀ ਇਸ ਸੀਰੀਜ਼ ਦੇ ਪੈਰਾਡਾਈਮ ਟੌਪਿਕ ਦੇ ਵਿੱਚ ਅਸੀਂ ਆਲਰੇਡੀ ਇਹ ਸਮਝ ਚੁੱਕੇ ਦੇ ਹਾਂ ਕਿ ਪੈਰਾਡਾਈਮ ਉਹ ਚਸ਼ਮਾ ਹੈ ਜਿਹਦੇ ਥਰੂ ਅਸੀਂ ਦੁਨੀਆ ਨੂੰ ਦੇਖਦੇ ਹਾਂ। ਜੋ ਚੀਜ਼ ਰਿਐਲਿਟੀ ਨਹੀਂ ਵੀ ਹੁੰਦੀ, ਕਈ ਵਾਰ ਸਾਨੂੰ ਉਹ ਰਿਐਲਿਟੀ ਲੱਗਦੀ ਹੈ। ਪਰ ਜੇਕਰ ਅਸੀਂ ਆਪਣੀ ਜ਼ਿੰਦਗੀ 'ਤੇ ਪੈਰਾਡਾਈਮ 'ਤੇ ਜਾਂ ਕਿ ਸੈਂਟਰਲ ਫੋਕਸ ਦੇ ਉੱਪਰ ਪ੍ਰਿੰਸੀਪਲ ਬੇਸਡ ਲਿਵਿੰਗ ਨੂੰ ਲੈ ਆਈਏ ਅਤੇ ਜ਼ਿੰਦਗੀ ਦਾ ਆਧਾਰ ਉਹਨਾਂ ਗੁਣਾਂ ਨੂੰ ਬਣਾਈਏ ਜੋ ਕਿ ਆਦ ਸੱਚ ਅਤੇ ਜੁਗਾਦ ਸੱਚ ਹਨ, ਜੋ ਕਿ ਸਾਨੂੰ ਸੈਲਫ ਅਵੇਅਰਨੈਸ, ਨੌਲੇਜ, ਪ੍ਰੋਐਕਟਿਵ ਅਪਰੋਚ ਅਤੇ ਕਰੈਕਟ ਬਿਹੇਵੀਅਰ ਦੀ ਤਰਫ ਪ੍ਰੇਰਿਤ ਕਰਦੇ ਹਨ। ਅਤੇ ਇਸ ਤਰ੍ਹਾਂ ਦੀ ਇਨਸਾਈਡ ਆਊਟ ਅਪਰੋਚ ਸਾਨੂੰ ਇੱਕ ਟਾਈਮਲੈਸ, ਅਨਚੇਂਜਿੰਗ ਪ੍ਰਿੰਸੀਪਲਸ ਦੀ ਤਰਫ ਫੋਕਸ ਕਰਨਾ ਸਿਖਾਉਂਦੀ ਹੈ। ਅਤੇ ਇਸ ਤਰ੍ਹਾਂ ਦੇ ਪੈਰਾਡਾਈਮ ਨੂੰ ਆਪਣੀ ਜ਼ਿੰਦਗੀ ਦੇ ਸੈਂਟਰ ਦੇ ਵਿੱਚ ਰੱਖਣ ਦੇ ਨਾਲ ਅਸੀਂ ਇੱਕ ਇਫੈਕਟਿਵ ਲਿਵਿੰਗ ਦੀ ਤਰਫ ਤੁਰਦੇ ਜਾਂਦੇ ਹਾਂ। ਕਿਸੇ ਵੀ ਬਿਲਡਿੰਗ ਦੀ ਉਸਾਰੀ ਕਰਨ ਤੋਂ ਪਹਿਲਾਂ ਆਰਕੀਟੈਕਟਸ ਅਤੇ ਇੰਜੀਨੀਅਰਸ ਆਪਣੀ ਇਮੈਜੀਨੇਸ਼ਨ ਦੇ ਨਾਲ ਉਹਦੇ ਇੱਕ ਇੱਕ ਕੋਨੇ ਨੂੰ ਪਲੈਨ ਕਰਦੇ ਹਨ ਅਤੇ ਇੱਕ ਬਲੂਪ੍ਰਿੰਟ ਦੇ ਵਿੱਚ ਕਨਵਰਟ ਕਰਦੇ ਹਨ, ਅਤੇ ਉਸੇ ਬਲੂਪ੍ਰਿੰਟ ਨੂੰ ਫੋਲੋ ਕਰਨ ਦੇ ਨਾਲ ਵੱਡੀਆਂ ਤੋਂ ਵੱਡੀਆਂ ਕੰਸਟਰਕਸ਼ਨਸ ਅਤੇ ਇਮਾਰਤਾਂ ਉਹਨਾਂ ਦੇ ਐਂਡ ਰਿਜ਼ਲਟਸ ਤੱਕ ਪਹੁੰਚਾਈਆਂ ਜਾਂਦੀਆਂ ਹਨ। ਜੇਕਰ ਉਹ ਬਿਗਿਨ ਵਿਦ ਦੀ ਐਂਡ ਇਨ ਮਾਈਂਡ ਨਾ ਕਰਨ ਤਾਂ ਉਹਨਾਂ ਦੀ ਬਿਲਡਿੰਗ ਸ਼ਾਇਦ ਉਸ ਤਰ੍ਹਾਂ ਦੀ ਸੁੰਦਰ ਅਤੇ ਉਤਨੀ ਕੋਸਟ ਇਫੈਕਟਿਵ ਅਪਰੋਚ ਦੇ ਨਾਲ ਤਿਆਰ ਹੀ ਨਾ ਹੋ ਸਕੇ। ਔਰਗਨਾਈਜੇਸ਼ਨਸ ਦੇ ਫੰਡਾਮੈਂਟਲੀ ਸਪਲਿਟ ਹੋਣ ਦੇ ਕਾਰਨ ਵੀ ਕਈ ਵਾਰ ਇਹੀ ਬਣਦੇ ਹਨ, ਕਿਉਂਕਿ ਕੰਪਨੀਆਂ ਵਿਜ਼ਨ ਅਤੇ ਮਿਸ਼ਨ ਦੀਵਾਰਾਂ ਦੇ ਉੱਤੇ ਅਤੇ ਕੈਲੰਡਰਾਂ ਦੇ ਉੱਤੇ ਪ੍ਰਿੰਟ ਕਰ ਲੈਂਦੇ ਹਨ, ਲੇਕਿਨ ਉਹਨਾਂ ਦੇ ਇੰਪਲੋਈਜ਼, ਸਟੇਕ ਹੋਲਡਰਸ ਜਦੋਂ ਵੱਖਰੇ ਵੱਖਰੇ ਡਾਇਰੈਕਸ਼ਨਸ 'ਚ ਕੰਮ ਕਰਦੇ ਹਨ ਤਾਂ ਉਹ ਔਰਗਨਾਈਜੇਸ਼ਨ ਕਿਸੇ ਕਾਮਨ ਗੋਲ ਦੀ ਤਰਫ ਪਹੁੰਚ ਨਹੀਂ ਪਾਉਂਦੀ। ਇਫ ਯੂ ਡੋਂਟ ਟੇਕ ਕੇਅਰ ਆਫ ਯੂਰ ਫਸਟ ਕ੍ਰੀਏਸ਼ਨ, ਇਟ ਵਿਲ ਬੀ ਡਨ ਫੋਰ ਯੂ ਬਾਈ ਅਦਰਸ। ਔਰਗਨਾਈਜੇਸ਼ਨਸ ਦੇ ਮਿਸ਼ਨ ਸਟੇਟਮੈਂਟ ਦੀ ਤਰ੍ਹਾਂ
ਸਾਨੂੰ ਆਪਣੀ ਪਰਸਨਲ ਸਟੇਟਮੈਂਟਸ ਦੇ ਉੱਤੇ ਵੀ ਕੰਮ ਕਰਦੇ ਰਹਿਣਾ ਚਾਹੀਦਾ ਹੈ, ਲੇਕਿਨ ਸਾਡੀ ਪਰਸਨਲ ਸਟੇਟਮੈਂਟ ਗੁਣਾ ਭਰਪੂਰ ਜੀਵਨ ਤੋਂ ਪ੍ਰਭਾਵਿਤ ਹੋਣੀ ਚਾਹੀਦੀ ਹੈ। ਹਾਲਾਂਕਿ ਅਸੀਂ ਤਿੰਨ ਤਰ੍ਹਾਂ ਦੀ ਜ਼ਿੰਦਗੀ ਜੀਂਦੇ ਹਾਂ, ਪਬਲਿਕ ਲਾਈਫ, ਪ੍ਰਾਈਵੇਟ ਲਾਈਫ ਅਤੇ ਇਨਰ ਲਾਈਫ। ਲੇਕਿਨ ਜੇਕਰ ਸਾਡੀ ਇਨਰ ਲਾਈਫ ਪ੍ਰਿੰਸੀਪਲ ਬੇਸਡ ਲਿਵਿੰਗ ਦੇ ਨਾਲ ਪ੍ਰਭਾਵਿਤ ਹੋਵੇਗੀ, ਜੇਕਰ ਸਾਡਾ ਪੈਰਾਡਾਈਮ ਅਤੇ ਫੋਕਸ ਗੁਣਾ ਭਰਪੂਰ ਜ਼ਿੰਦਗੀ ਦਾ ਹੋਵੇਗਾ, ਤਾਂ ਸਾਡਾ ਇਹੀ ਜੀਵਨ ਡੀਪ ਇਨਰ ਲਾਈਫ, ਪਬਲਿਕ ਲਾਈਫ ਅਤੇ ਪ੍ਰਾਈਵੇਟ ਲਾਈਫ ਦੀ ਤਰਫ ਆਊਟਫਲੋ ਕਰੇਗੀ। ਬਿਕੋਜ਼ ਯੋਰ ਡੀਪ ਇਨਰ ਲਾਈਫ ਹੈਜ਼ ਟੂ ਡਰਾਈਵ ਦ ਪਬਲਿਕ ਐਂਡ ਪ੍ਰਾਈਵੇਟ ਲਾਈਫ। ਆਪਣੇ ਅੱਜ ਦੇ ਟੋਪਿਕ ਬਿਗਿਨ ਵਿਦ ਦੀ ਐਂਡ ਇਨ ਮਾਈਂਡ ਨੂੰ ਵਿਚਾਰਦੇ ਹਾਂ, ਅਸੀਂ ਇਹ ਦੇਖ ਰਹੇ ਹਾਂ ਕਿ ਜੇਕਰ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਇਸ ਅਪਰੋਚ ਨੂੰ ਫੋਲੋ ਕਰੀਏ, ਤਾਂ ਚਾਹੇ ਫਿਰ ਸਾਡੀ ਪਰਸਨਲ ਲਾਈਫ ਹੋਵੇ, ਆਫਿਸ ਦਾ ਪ੍ਰੋਜੈਕਟ, ਕੋਈ ਪਰਸਨਲ ਸਟੱਡੀ ਪਲਾਨ, ਪ੍ਰੈਜੈਂਟੇਸ਼ਨ, ਨੈਗੋਸੀਏਸ਼ਨ, ਅਸੀਂ ਹਰ ਚੀਜ਼ ਦੇ ਵਿੱਚ ਇਫੈਕਟਿਵ ਰਿਜ਼ਲਟਸ ਦੀ ਤਰਫ ਮੂਵ ਕਰ ਸਕਦੇ ਹਾਂ। ਐਵਰੀਥਿੰਗ ਦੈਟ ਇਰੀਟੇਟਸ ਅਸ ਅਬਾਊਟ ਅਦਰਸ ਕੈਨ ਲੀਡ ਅਸ ਟੂ ਐਨ ਅੰਡਰਸਟੈਂਡਿੰਗ ਆਫ ਆਰਸੈਲਵਸ। ਹੋਪ ਆਪ ਜੀ ਨੂੰ ਇਹ ਵੀਡੀਓਜ਼ ਪਸੰਦ ਆ ਰਹੇ ਹੋਣਗੇ, ਅਤੇ ਆਪ ਜੀ ਅੱਗੇ ਵੀ ਇਸੇ ਤਰ੍ਹਾਂ ਫੋਲੋ ਕਰਦੇ ਰਹੋਗੇ। ਥੈਂਕ ਯੂ।